ਸਾਡੇ ਪੰਜਾਬ ਦੇ ਅੰਦਰ ਇੱਕ ਇੰਡੋ ਕੈਨੇਡੀਅਨ ਬੱਸ ਸਰਵਿਸ ਚੱਲਦੀ ਹੈ ਜੀ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੰਪਨੀ ਹੈ। ਉਹਦੇ ਕੋਲ ਦਿੱਲੀ ਏਅਰਪੋਰਟ 'ਤੇ ਜਾਣ ਲਈ ਕੋਈ ਪਰਮਿਟ ਨਹੀਂ ਹੈ। ਉਹਦੇ ਕੋਲ ਆਲ ਇੰਡੀਆ ਟੂਰਿਸਟ ਪਰਮਿਟ ਹੈ। ਆਲ ਇੰਡੀਆ ਟੂਰਿਸਟ ਪਰਮਿਟ ਦਾ ਮਤਲਬ ਹੁੰਦਾ ਕਿ ਇੰਟਰ ਟੂਰ ਗਰੁੱਪ ਲੈ ਕੇ ਜਾਣਾ ਅਤੇ ਉਹੀ ਟੂਰ ਗਰੁੱਪ ਵਾਪਸ ਲੈ ਕੇ ਆਉਣਾ ਜਿੱਥੋਂ ਤੁਸੀਂ ਲੈ ਕੇ ਗਏ ਹੋ ਉੱਥੇ ਤੱਕ। ਲੇਕਿਨ ਇਹਨਾਂ ਨੇ ਕੀ ਕੀਤਾ ਹੋਇਆ ਜੀ, ਗੁਰਾਇਆਂ ਦੇ ਬੰਦਾ ਪਾਠ ਕੀਤਾ ਹੋਇਆ, ਫਲੋਰ ਕੀਤਾ ਹੋਇਆ, ਲੁਧਿਆਣੇ 'ਚ ਕੀਤਾ ਹੋਇਆ, ਜਲੰਧਰ ਤੋਂ ਬੱਸ ਤੋਰਦੇ ਆ, ਭਰ ਕੇ ਲੈ ਜਾਂਦੇ ਨੇ। ਇਹ ਜਿਹੜੀ ਆਲ ਇੰਡੀਆ ਟੂਰਿਸਟ ਪਰਮਿਟ ਦੀ ਨੇਚਰ ਆ, ਉਸ ਨੇਚਰ ਦੇ ਖਿਲਾਫ ਜਾਂਦੇ ਆ। ਹੈਰਾਨੀ ਦੀ ਗੱਲ ਹੈ ਵੀ ਕੋਈ ਵੀ ਸਰਕਾਰ ਇਸ ਬੱਸ ਨੂੰ ਨਹੀਂ ਰੋਕ ਰਿਹਾ। ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਇੱਕ ਦਿਨ 8 ਗੱਡੀਆਂ ਬੰਦ ਕੀਤੀਆਂ ਸੀ, ਉਸ ਤੋਂ ਬਾਅਦ ਕੇਜਰੀਵਾਲ ਦੀ ਸਰਕਾਰ ਨੇ ਵੀ ਇਹਨਾਂ ਗੱਡੀਆਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਇਹ ਬੜੀ ਵੱਡੀ ਧਾਂਦਲੀ ਹੈ। ਪੰਜਾਬ ਦੀ ਜਿਹੜੀ ਟਰਾਂਸਪੋਰਟ ਇੰਡਸਟਰੀ ਆ, ਸਰਕਾਰ ਦੀ ਉਹਨੂੰ ਬੜਾ ਵੱਡਾ ਲੌਸ ਹੋ ਰਿਹਾ ਇੰਡੋ ਕੈਨੇਡੀਅਨ ਬੱਸ ਚੱਲਣ ਦੇ ਨਾਲ, ਔਰ ਇਹ ਵਿਦਆਊਟ ਪਰਮਿਟ ਚੱਲ ਰਹੀ ਹੈ। ਇਹ ਜਿਹੜੀ ਇਨਫੋਰਮੇਸ਼ਨ ਤੁਸੀਂ RTI ਐਕਟ ਦੇ ਅੰਡਰ ਲਈ ਹੈਗੀ ਹੈ, ਲੇਕਿਨ ਆਹ ਜਿਹੜੀ ਤੁਸੀਂ ਦੱਸ ਰਹੇ ਹੈਗੇ ਹੋ ਨਹੀਂ ਜੀ, ਇਹ ਤਾਂ ਸਾਰੇ ਲੋਕਾਂ ਨੂੰ ਪਤਾ। ਠੀਕ ਹੈ, ਇਹ RTI ਦੀ ਤਾਂ ਲੋੜ ਹੀ ਨਹੀਂ ਜੀ। ਠੀਕ ਹੈ, ਹਰੇ ਬਕਾਇਦਾ ਟਾਈਮ ਫਿਕਸ ਕਰਕੇ ਚੱਲ ਰਹੀ ਹੈ। ਜਿਹੜਾ ਕਿ ਸਟੇਜ ਕੈਰੇਜ ਦੇ ਪਰਮਿਟ ਜਿਹੜੇ ਨੇ ਉਹ ਟਾਈਮ ਟੇਬਲ ਦੇ ਮੁਤਾਬਕ ਚਲਾਏ ਜਾ ਸਕਦੇ ਆ। ਟੂਰਿਸਟ ਪਰਮਿਟ ਜਿਹੜਾ ਆ ਉਹ ਟਾਈਮ ਟੇਬਲ ਦੇ ਮੁਤਾਬਕ ਨਹੀਂ ਚਲਾਇਆ ਜਾ ਸਕਦਾ। ਲੇਕਿਨ ਇੱਥੇ ਹਰ 2 ਘੰਟੇ ਤੋਂ ਬਾਅਦ ਉਹਨਾਂ ਦੀ ਨੈੱਟ ਕੱਢ ਕੇ ਦੇਖੋ, ਉਹਦੇ ਵਿੱਚ ਲਿਖਿਆ ਹੋਇਆ ਹਰ 2 �ਘੰਟੇ ਤੋਂ ਬਾਅਦ ਸਾਡੀ ਬੱਸ ਦਿੱਲੀ ਏਅਰਪੋਰਟ ਨੂੰ ਜਾਂਦੀ। ਬੱਸ ਸਟੈਂਡ 'ਤੇ ਨਹੀਂ ਜਾਂਦੀ, ਲੇਕਿਨ ਗੈਰ ਕਾਨੂੰਨੀ ਆ। ਬੱਸ ਸਟੈਂਡ ਦੇ ਬਾਹਰੋਂ ਭਰਦੀ ਆ, ਉਹ ਵੀ ਗੈਰ ਕਾਨੂੰਨੀ ਆ। ਉਹ ਤਾਂ ਉਦੋਂ ਵੀ ਵੱਧ ਗੈਰ ਕਾਨੂੰਨੀ ਆ ਵੀ ਉਹ ਬੱਸ ਅੱਡੇ ਤੋਂ ਨਹੀਂ ਚੱਲਦਾ, ਉਹ ਤਾਂ ਬੱਸ ਅੱਡਾ ਪੈਰਲ ਬਣਾਇਆ ਹੋਇਆ, ਔਰ ਸਰਕਾਰ ਵੀ ਬੱਸ ਅੱਡੇ ਜਿਹੜੀ ਚੀਜ਼ਾਂ ਚੋਰੀ ਕਰ ਰਿਹਾ ਉਹ ਚੋਰੀ ਕਰ ਰਿਹਾ। ਹਾਂਜੀ, ਟੂਰਿਸਟ ਬੱਸ ਨੂੰ ਟੂਰਿਸਟ ਦੇ ਤੌਰ 'ਤੇ ਚਲਾਵੇ, ਸਟੇਜ ਕੈਰੇਜ ਦੇ ਤੌਰ 'ਤੇ ਨਾ ਚਲਾਵੇ। ਟੂਰਿਸਟ ਬੱਸ ਨੂੰ ਟੂਰਿਸਟ ਬੱਸ ਦੇ ਤੌਰ 'ਤੇ ਚਲਾਵੇ, ਉਹਨੂੰ ਸਟੇਜ ਕੈਰੇਜ ਦੇ ਰੂਪ ਵਿੱਚ ਨਾ ਚਲਾਵੇ।